ਕਿ ਪੰਜਾਬੀ ਸਿਨੇਮਾ ਦੇ ਵਿੱਚ ਵੀ ਅਫੇਅਰਸ ਹੁੰਦੇ ਨੇ, ਜ਼ਰੂਰ ਹੁੰਦੇ ਹੋਣਗੇ, ਤਾਂ ਕਦੇ ਤੁਹਾਨੂੰ ਵੀ ਕੰਨੋਂ ਆਉਂਦੀ ਗੱਲਾਂ ਕਿ ਏਦਾਂ ਚੱਲ ਰਿਹਾ, ਏਦਾਂ ਚੱਲ ਰਿਹਾ, ਇਹੋ ਚੱਲ ਰਿਹਾ, ਮਤਲਬ ਬਾਲੀਵੁੱਡ ਦਾ ਤੇ ਸਾਨੂੰ ਪਤਾ ਫੇਅਰ ਚ ਆ ਜਾਂਦਾ ਇੱਥੇ ਨਹੀਂ ਕਦੇ ਮੈਂ ਸੁਣਿਆ ਨਹੀਂ ਯਾਰ ਕਦੇ, ਕਿਉਂ ਨਹੀਂ ਹੁੰਦਾ ਉਹੀ ਮੈਂ ਪੁੱਛ ਰਿਹਾ, ਮੇਰਾ ਫੇਵਰਿਟ ਕੁਐਸਚਨ ਹੈ, ਮੈਂ ਇੱਕ ਦੱਸਦਾ ਫੇਵਰਿਟ ਕੁਐਸਚਨ ਇਸ ਕਰਕੇ ਉਹ ਸਾਰੇ ਵਿਆਹੇ ਹੋਏ ਨੇ, ਉਹ ਆਪਸ ਚ ਸਾਰਿਆਂ ਨੂੰ ਹੀ ਪਤਾ ਉਹ ਬਾਹਰ ਪ੍ਰਟੈਂਡ ਸਾਰੇ ਐਂ ਕਰਦੇ ਵੀ ਅਸੀਂ ਵਿਆਹੇ ਨਹੀਂ ਹੋਏ, ਹੈ ਨਾ, ਜਦੋਂ ਜਿੰਨੇ ਸਾਡੇ ਸਿੰਗਰ ਭੈਣ ਭਰਾ ਜਾਂ ਜਿੰਨੇ ਉਹ ਸਾਰੇ ਬਾਹਰ ਇੱਦਾਂ ਦੱਸਦੇ ਵੀ ਅਸੀਂ ਨਹੀਂ ਵਿਆਹੇ ਹੋਏ ਯਾਰ, ਇਸ ਤਰ੍ਹਾਂ ਅਸੀਂ ਹਨਾ ਉਹ ਸ਼ੋਅ ਵੀ ਨਹੀਂ ਕਰਨਾ ਚਾਹੁੰਦੇ, ਕੋਈ ਫੋਟੋ ਪਬਲਿਸ਼ ਨਹੀਂ ਕਰਦੇ ਜਾਂ ਇੱਦਾਂ ਦਾ, ਹੈ ਨਾ, ਉਹ ਵੀ ਨਹੀਂ ਪਾਉਂਦੇ, ਸਿੰਗਲ ਸ਼ੋਅ ਕਰਦੇ ਨੇ, ਪਰ ਆਪਸ ਚ ਸਾਰਿਆਂ ਨੂੰ ਪਤਾ, ਸਾਰਿਆਂ ਦੇ ਬੱਚੇ ਨੇ, ਬੜੀ ਵਧੀਆ ਫੈਮਿਲੀ ਹੈ, ਹੈ ਨਾ, ਜੇ ਕਿਸੇ ਦਾ ਮਨ ਕਰਦਾ ਵੀ ਇਹ ਸਾਹਮਣੇ ਆ ਕੇ ਬੀਬੀ ਬਹਿ ਜਾਂਦੀ, ਹਾਂਜੀ ਕਰੋ ਸ਼ੂਟ, ਤੇ ਜਿਹੜੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਹਸਬੈਂਡ ਨੇ ਉਹ ਆ ਕੇ ਬਹਿ ਜਾਂਦੇ, ਲਓ ਜੀ ਕਰੋ ਸ਼ੂਟ ਤਾਂ ਹੈ, ਮੇਰੇ ਖਿਆਲ ਉਸ ਕਰਕੇ, ਪਰ ਵੀ ਆਰ ਕਲਚਰਡ ਯਾਰ, ਜਿਵੇਂ ਮਰਜ਼ੀ ਹੈ ਸਾਡੇ, ਜਿਵੇਂ ਮਰਜ਼ੀ ਹੈ ਸਾਡੇ ਸਮਾਜ ਦੇ ਵਿੱਚ, ਜਿਹੜੇ ਸਮਾਜ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਹੁਣ ਵੀ, ਵੀ ਆਰ ਬਲੈਸਡ, ਅਸੀਂ ਮਾਡਰਨਾਈਜ਼, ਮਾਡਰਨ ਤਾਂ ਕਰ ਲਿਆ ਆਪਣੇ ਆਪ ਨੂੰ, ਹੈ ਨਾ, ਵੈਸਟਰਨਾਈਜ਼ ਤਾਂ ਕਰ ਲਿਆ, ਪਰ ਕਿਤੇ ਨਾ ਕਿਤੇ ਕਲਚਰਡ ਹੈਗੇ ਹਾਂ ਅਸੀਂ, ਸਾਡੇ ਸੁਭਾਵਾਂ 'ਚ ਹਜੇ ਵੀ ਹਲੀਮੀ ਸੰਸਕਾਰ ਉਹ ਸਾਰਾ ਕੁਛ ਹੈਗਾ, ਅਸੀਂ ਕਲਚਰਡ ਹੈਗੇ ਹਾਂ, ਅਸੀਂ ਇਹਨਾਂ ਚੀਜ਼ਾਂ 'ਚ ਮੇਰੇ ਖਿਆਲ 'ਚ ਜ਼ਿਆਦਾ ਹਜੇ ਖੋਵੇ ਨਹੀਂ ਹੈਗੇ ਜੀ, ਵਿਸ਼ਵਾਸ ਜ਼ਿਆਦਾ ਇਹਨਾਂ ਚੀਜ਼ਾਂ 'ਚ ਨਹੀਂ ਰੱਖਦੇ, ਸ਼ਰਮਿਆ ਹੈਗੀ ਹਜੇ।